focus on trade and connectivity as pm modi set to host five india central asia summit hun tak sirf 2 billion dollar di trade hai india aur inna panch republics de vich already china da inna panch mulkan de naal 40 billion dollar da 2018 de vich trade hoya hai pre covid je aur unhone kehya ji assi is 2022 de vich ਇਸ 40 ਬਿਲੀਅਨ ਨੂੰ 70 ਬਿਲੀਅਨ ਤੇ ਲੈ ਜਾਗੇ ਕਿਉਂਕਿ 500 ਮਿਲੀਅਨ ਡਾਲਰ ਦਾ ਅਸੀਂ ਤੁਹਾਨੂੰ ਜਿਹੜੀ ਹੈ ਉਹ ਗ੍ਰੈਂਟ ਦਿੰਨੇ ਕੋਈ ਲੋਨ ਨਹੀਂ ਹੈ ਅਲਟੀਮੇਟ ਫੋਕਸ ਇਹਨਾਂ ਦਾ ਜਵੇਂ ਨਾ ਪੰਜ ਰਿਪਬਲਿਕਸ ਨੂੰ ਕਾਬੂ ਕਰਨ ਦਾ ਸੀ ਉਹ ਫੇਲ ਹੋਏ ਪੀਅਰਸ ਵੈਲਕਮ ਬੈਕ ਅਨਰ ਪ੍ਰੋਗਰਾਮਸ ਸੋ ਵੀਅਰਸ ਹੋਣ ਆਪਾਂ ਪਰਤੇ ਚੀਨ ਦੇ ਵਾਲਿਆਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹ ਚੀਨ ਨੇ ਭਾਰਤ ਨੂੰ ਆਊਟਸਮਾਰਟ ਕਰਦਿਆਂ ਪੰਜ ਸੈਂਟਰਲ ਏਸ਼ੀਅਨ ਮੁਲਕਾਂ ਨੂੰ 500 ਮਿਲੀਅਨ ਡਾਲਰ ਦੀ ਮਦਦ ਅਤੇ ਇਸ ਵਰੇ ਦੀ ਸਲਾਨਾ ਵਪਾਰ 70 ਬਿਲੀਅਨ ਡਾਲਰ ਤੱਕ ਪਹੁੰਚਾਉਣ ਦਾ ਪ੍ਰੋਸਾ ਦਿੱਤਾ ਹੈ ਸੋ ਭਾਰਤ ਦੀ ਚੀਨ ਸਾਹਮਣੇ ਔਕਾਤ ਜਗ ਜਾਹਰ ਹੋ ਗਈ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨੈਸੀ ਤਰ੍ਹਾਂ ਹੀ ਬਣੀ ਰਹਿਣਾ ਡੇਕਨਸਨ ਲਈ ਜਾਂ ਲਿਖ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਪੰਜਾਬੀ ਦੇ ਵਿੱਚ ਇੱਕ ਫਰੇਜ਼ ਹੁੰਦਾ ਹੈ ਜਦੋਂ ਕੋਈ ਬਿਮਾਰੀ ਹੁੰਦੀ ਹੈ ਤੇ ਉਸ ਬਾਰੇ ਉਹ ਕਹਿੰਦਾ ਨਾ ਜੀ ਬਥੇਰੇ ਅਸੀਂ ਔੜ-ਪੌੜ ਕੀਤੇ ਪਰ ਆਰਾਮ ਨਹੀਂ ਆਇਆ ਹੁਣ ਔੜ-ਪੌੜ ਦੇ ਵਿੱਚ ਉਹ ਸਾਰਾ ਕੁਝ ਹੀ ਆ ਜਾਂਦਾ ਕਿ ਉਹ ਕਾੜਾ ਪੀਆ ਉਹ ਪੀਓ ਜਾਂ ਇਹ ਕਰੋ ਜਾਂ ਉਹ ਕਰੋ ਉਹ ਸਾਰੇ ਜਿਹੜਾ ਆਂਦਾ ਹੈ ਸਾਡਾ ਹਰ ਕੋਈ ਐਡਵਾਈਜ਼ਰ ਹਰ ਕੋਈ ਡਾਕਟਰ ਹੀ ਹੁੰਦਾ ਜਿਹੜੀ ਮਾਈ ਦੇ ਉੱਪਰਤਾ ਕਰਨ ਆਏ ਜੋ ਦੱਸ ਰਹੇ ਉਹ ਔੜ-ਪੌੜ ਹੁੰਦਾ ਅੱਛਾ ਹੁਣ ਭਾਰਤ ਦੀ ਫੋਰਨ ਪੋਲਿਸੀ ਜਿਹੜੀ ਹੈ ਉਹ ਜ਼ਮੀਨ 'ਚ ਨਹੀਂ ਪਤਾਲ 'ਚ ਤਸ ਗਈ ਹੂੰ ਗਲੋਬਲੀ ਅਸੀਂ ਦੇਖਦੇ ਹਾਂ ਵੀ ਜਦੋਂ ਤੱਕ ਤਾਂ ਪੋਸਟ 47 ਇਰਾ ਨਹਿਰੂ ਪੀਰੀਅਡ ਰਿਹਾ ਉਹਨਾਂ ਨੇ ਜਦੋਂ ਦੁਨੀਆ ਦੇ ਵਿੱਚ ਦੋ ਬਲੌਕ ਸੀ ਜ਼ਾਹਰ ਹੈ ਕਿ ਕੋਲਡ ਵਾਰ ਇਰਾ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਦੋਨਾਂ ਦਾ ਇੱਕ ਬੈਲੈਂਸ ਰੱਖਿਆ ਮਦਦ ਵੀ ਦੋਨਾਂ ਤੋਂ ਲੈਂਦੇ ਰਹੇ ਔਰ ਉਹ ਨੀਤੀ ਜਿਹੜੀ ਆ ਉਹ ਜਾਰੀ ਰਹੀ ਔਰ ਖਾਸ ਤੌਰ ਤੇ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਵੀ ਪੈਂਟ ਦੀ ਉਸ ਕਨਫਲਿਕਟ ਤੋਂ ਬਾਅਦ ਸੋਵੀਅਤ ਯੂਨੀਅਨ ਉਹ ਜਿਹੜਾ ਕਾਫੀ ਇਨਫਲੂਐਂਸ ਰੱਖਦਾ ਸੀ ਇੰਡੀਆ ਤੇ ਵੀ ਔਰ ਤਾਸ਼ਕੰਦ ਸਮਝੌਤਾ ਵੀ ਉਹਨਾਂ ਵੱਲੋਂ ਹੀ ਕਰਵਾਇਆ ਗਿਆ ਅੱਛਾ ਇੰਦਰਾ ਗਾਂਧੀ ਨੇ ਜਿਹੜਾ ਉਹ ਟਿਲਟ ਲੈਂਦੇ ਆ ਝੁਕਾ ਜਿਹੜਾ ਉਹ ਸੋਵੀਅਤ ਯੂਨੀਅਨ ਵੱਲ ਸ਼ੁਰੂ ਕੀਤਾ ਹੈ ਨਤੀਜੇ ਦੇ ਤੌਰ ਤੇ ਜੇ ਇੰਦਰਾ ਗਾਂਧੀ ਦਾ ਤੁਸੀਂ ਜਿਹੜਾ ਉਹ ਸਟ੍ਰਿੰਟ ਦੇਖੋ ਉਸ ਦਾ ਕਾਰਜਕਾਲ ਤੇ ਫਿਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਕਿਵੇਂ ਭਾਰਤ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਬਣਦਾ ਚਲਾ ਗਿਆ। ਔਰ ਕੱਲਾ ਇਹੀ ਨਹੀਂ ਜਦੋਂ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਫੌਜ ਭੇਜ ਕੇ ਕਬਜ਼ਾ ਕੀਤਾ ਤੇ ਭਾਰਤ ਨੇ ਸਭ ਤੋਂ ਅੱਗੇ ਹੋ ਕੇ ਸਪੋਰਟ ਕੀਤਾ। ਅੱਜ ਭਾਵੇਂ ਉਹ ਕਹਿਣਗੇ ਜੀ ਅਸੀਂ ਅਫਗਾਨਾਂ ਦੇ ਤੁਸੀਂ ਕਿਹੜੇ ਪਾਸੇ ਅਫਗਾਨਿਸਤਾਨ ਦੇ ਹਮਾਇਤੀ ਤੁਸੀਂ ਮੁਕੰਮਲ ਤੌਰ ਦੇ ਉੱਤੇ ਸੋਵੀਅਤ ਯੂਨੀਅਨ ਦੇ ਨਾਲ ਖੜੇ ਰਹੇ। پاکستان ਨੇ ਉਸ ਲਾਉ ਵਿਡਵਿਨ ਲੜਾਈ ਦੇ ਵਿੱਚ ਭਾਰੀ ਕੁਰਬਾਨੀ ਕੀਤੀ ਬਿਸ਼ੱਕ ਅਮਰੀਕਾ ਨੇ ਮਦਦ ਤੌਰ ਤੇ ਸੀਆਈਏ ਔਰ ਆਈਐਸਆਈ ਜੁਆਇੰਟ ਆਪਰੇਸ਼ਨ ਮੁਜਾਹਿਦੀਨ ਔਰ इधर-ਉਧਰ ਉਹ ਸਾਰੀ ਅਸੀਂ ਗੱਲ ਕਰਦੇ ਹਾਂ 1999 ਤੱਕ ਪਹੁੰਚਦੇ ਆ ਜਿਹੜਾ ਉਹ ਸੋਵੀਅਤ ਯੂਨੀਅਨ ਇਨਾ ਨੁਕਸਾਨ ਉਹਨਾਂ ਦਾ ਹੋ ਰਿਹਾ ਸੀ ਉਹਨੂੰ ਸਹਾਰ ਨਹੀਂ ਸੀ ਸਕਿਆ ਔਰ ਇਨਰ ਇਕਨੋਮੀ ਦਾ ਵੀ ਕਲਾਪਸ ਹੋਣਾ ਸ਼ੁਰੂ ਹੋਇਆ ਔਰ ਗੋਰਬਾਚੋフ ਨੇ ਫਿਰ ਇੱਕ ਅਕਲ ਤੋਂ ਕੰਮ ਲੈਂਦੇ ਆ ਉਸ ਦਾ ਨੂੰ ਜਿਹੜਾ ਉਹ 15 ਉਹ ਟੁਕੜਿਆਂ ਚ ਵੰਡ ਲੈਣ ਦਿੱਤਾ ਗਿਆ ਔਰ ਭਾਰਤ ਜਿਹੜਾ ਉਹ ਬਿਲਕੁਲ ਕਿਉਂਕਿ ਸੋਵੀਅਤ ਯੂਨੀਅਨ ਸੁੱਕੜ ਕੇ ਇੱਕ ਰਸ਼ੀਆ ਬਣ ਗਿਆ 15 ਉਹਨਾਂ ਚੋਂ ਮੁਲਕ ਨਿਕਲੇ ਔਰ 6 ਉਹਨਾਂ ਦੇ ਵਿੱਚ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਇਹ ਮੈਂ ਬੈਕਗ੍ਰਾਉਂਡ ਇਸ ਲਈ ਦੇ ਰਿਹਾ ਕਿਉਂਕਿ ਅੱਜ ਕੱਲ ਜਿੱਥੇ ਵੀ ਖਬਰ ਹੋਏਗੀ ਉਹ ਇਹ ਹੈ ਕਿ ਜੀ ਸੈਂਟਰਲ ਏਸ਼ੀਅਨ ਰਿਪਬਲਿਕਸ ਜਿਵੇਂ ਇਹ ਖਬਰ ਹੈ ਕਿ ਜੀ president she offer central asian countries 500 million dollars announces 70 billion dollar trade target jahan pm modi set to host five india central asia summit so is gal da dhyan rahe ke bi is sare choun jehde panch major central asian republics jina de russia de naal aj vi close sambandh ne ji eh panch de panch jehde central asian republics ne ਏ ਵਨ ਬੈਲਟ ਵਨ ਰੋਡ ਦੇ ਮੁੱਦੇ ਦੇ ਉੱਤੇ ਚਾਈਨਾ ਦੇ ਜਿਹੜੇ ਨੇ ਉਹ ਹਮਸਫਰ ਨੇ ਜਾਂ ਉਹਨਾਂ ਮਲਕਾਂ ਚੋਂ ਲੰਘ ਕੇ ਜਾਣੇ ਔਰ ਇਹ ਮਲਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕਜ਼ਾਕਿਸਤਾਨ ਕਿਰਗਿਸਤਾਨ ਉਜ਼ਬੇਕਿਸਤਾਨ ਤਾਜ਼ਿਕਸਤਾਨ ਤੇ ਤੁਰਕਮਾਨਿਸਤਾਨ ਇਹ ਪੰਜ ਮਲਕ ਨੇ ਔਰ ਭਾਰਤ ਨੇ ਕਿਉਂਕਿ ਭਾਰਤ ਦੀ ਇਹੀ 글로ਬਲੀ ਸੋਵੀਅਤ ਯੂਨੀਅਨ ਦੇ ਕਲਾਪਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਇੱਕ ਸੋਲ ਸੁਪਰ ਪਾਵਰ ਦੇ ਤੌਰ ਤੇ ਉੱਭਰਦੀ ਹੈ ਅਨਫੋਰਚੂਨੇਟਲੀ 10 ਸਾਲ ਬਾਅਦ ਇਸ 90 ਤੋਂ ਜਦੋਂ ਕਿ ਸੋਵੀਅਤ ਯੂਨੀਅਨ ਟੁੱਟਦਾ ਹੈ 911 ਹੋ ਜਾਂਦਾ ਹੈ ਔਰ ਦੁਨੀਆ ਦੇ ਵਿੱਚ ਕਮਿਊਨਿਜ਼ਮ ਦੀ ਜਿਹੜੀ ਬਿਮਾਰੀ ਉਹ ਤਾਂ ਮੁੱਕ ਗਈ 1999 90 ਸੋਵੀਅਤ ਯੂਨੀਅਨ ਦੇ ਕਲੈਪਸ ਨਾਲ ਜੀ ਪਰ 911 ਤੋਂ ਬਾਅਦ ਇੱਕ ਐਂਟੀ ਇਸਲਾਮ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਹੈ ਔਰ ਉਸ ਦੇ ਵਿੱਚ ਉਹ ਭਾਰਤ ਨੂੰ ਵੀ ਸੂਟ ਕਰਦਾ ਹੈ ਅਮਰੀਕਾ ਨੂੰ ਵੀ ਸੂਟ ਕਰਦਾ ਹੈ ਔਰ ਭਾਰਤ ਜਿਹੜਾ ਹੈ ਭੁੱਲ ਕੇ ਕਿ ਭਾਈ ਉਹਨੇ ਨਿਊਟਰੈਲਿਟੀ ਵੀ ਕਾਇਮ ਰੱਖਣੀ ਹੈ ਜਿਹੜੀ ਉਹਦੇ ਹਿੱਤ ਚ ਹੈ ਉਹ ਅਮਰੀਕਾ ਦੇ ਬੈਂਡ ਵੈਗਨ ਤੇ ਚੜ ਜਾਂਦਾ ਹੈ ਔਰ ਮਨਮੋਨ ਸਿੰਘ ਸਰਕਾਰ ਵੇੜੇ ਜੂਨੀਅਰ ਬੁਸ਼ ਦੀ ਪ੍ਰੈਜ਼ੀਡੈਂਸੀ ਦੇ ਵੇੜੇ ਜਿਹੜਾ ਇੰਡੋ ਯੂ ਐਸ ਜਿਹੜੀ ਡੀਲ ਹੁੰਦੀ ਹੈ ਨਿਊਕਲੀਅਰ ਜਿਹਦੇ ਥੱਲੇ ਭਾਰਤ ਨੂੰ ਪ੍ਰੈਸਲਰ ਅਮੈਂਡਮੈਂਟ ਦੂਸਰੇ ਤੋਂ ਆਫ ਦਾ ਹੱਕ ਕਰਕੇ ਅਮਰੀਕਾ ਆਪਣੇ ਹਥਿਆਰ ਔਰ ਟੈਕਨੋਲੋਜੀ ਵੇਚਣ ਦਾ ਜਿਹੜਾ ਰਾਹ ਉਹ ਪਧਰਾ ਕਰ ਲੈਂਦਾ ਹੈ। ਅੱਛਾ ਔਰ ਉਹਦੇ ਚ ਇੱਕ ਪਾਸੇ ਅਮਰੀਕਾ ਦਾ ਐਡਵਾਈਜ਼ਰ ਬਣ ਕੇ ਇੰਡੀਆ ਅਫਗਾਨਿਸਤਾਨ ਦੇ ਵਿੱਚ ਆਪਣੀ ਡਰਟੀ ਗੇਮ ਖੇਡਦਾ ਹੈ। ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨ ਲਈ ਪਾਕਿਸਤਾਨ ਬਾਰਡਰ ਨਾਲ ਲੱਗਦੇ ਜਿਹੜੀ ਉਹਨਾਂ ਦੀ ਸਰਹੱਦ ਹੈ ਅਫਗਾਨਿਸਤਾਨ ਦੀ 18 ਤੋਂ ਜ਼ਿਆਦਾ ਆਪਣੇ ਕੌਂਸਲੇਟ ਜਿਹੜੇ ਸਪਾਈ ਸੈਂਟਰ ਨੇ ਔਰ ਕੁਲਵੁੱਸ਼ਨ ਯਾਦਵ ਵੱਡੀ ਕੈਚ ਪਾਕਿਸਤਾਨ ਦੀ ਦਸਤੀ ਹੈ ਕਿ ਕਿ ਸੱਤ ਤੱਕ ਇਹਨਾਂ ਦਾ ਪਸਾਰਾ ਸੀ ਪਰ ਹੁੰਦਾ ਇਹ ਹੈ ਕਿ ਇਹਦਾ ਐਂਡ ਜਦੋਂ ਫਰਵਰੀ 2020 ਦੇ ਵਿੱਚ ਤਾਲੀਬਾਨ ਦੇ ਨਾਲ ਗੱਲਬਾਤ ਦਾ ਸلسਲਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਸ਼ੁਰੂ ਕੀਤਾ ਜਾਂਦਾ ਤੇ ਭਾਰਤ ਦੀ ਕਿਤਾਬ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ 15 ਅਗਸਤ 2021 ਨੂੰ ਜਦੋਂ ਕਾਬਲ ਜਿਹੜਾ ਉਹ ਤਾਲੀਬਾਨ ਦੇ ਪੈਰਾਂ 'ਚ ਡਿੱਗਦਾ ਦੇ ਭਾਰਤ ਦੇ ਸਾਰੇ ਐਮਬੈਸੀਆਂ ਤੇ ਉੱਥੋਂ ਜਿਹੜੀ ਆਪਣੀ ਕੌਂਸਲ ਬੰਦ ਕਰਕੇ ਰਾਤੋਂ ਰਾਤ ਐ ਉੱਥੋਂ ਗਾਇਬ ਹੋ ਜਾਂਦਾ ਨੇ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਹੁਣ ਇੰਟਰਨੈਸ਼ਨਲੀ ਚੀਨ ਦੇ ਨਾਲ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਪੰਗਾ ਉਹ ਗਲਵਾਨ ਵੈਲੀ ਦੇ ਵਿੱਚ ਇਹਨਾਂ ਨੂੰ ਸਬਕ ਮਿਲਦਾ ਹੈ ਪਰ ਇਸਾਰੇ ਪੀਰੀਅਡ ਦੇ ਵਿੱਚ ਫਿਰ ਭਾਰਤ ਨੂੰ ਲੱਗਦਾ ਹੈ ਕਿ ਵੀ ਅਸੀਂ ਈਰਾਨ ਰਾਹੀਂ ਆਪਣਾ ਦਰਵਾਜ਼ਾ ਖੋਲਾਂਗੇ ਪਰ ਰਸ਼ੀਆ ਚਾਈਨਾ ਈਰਾਨ ਦਾ ਇੱਕ ਮੁੱਦੇ ਦੇ ਉੱਤੇ ਆਣਾ और चाइना का पूरा पुश दे के वन बैल्ट वन रोड इनिशिएटिव च ये आना हूँ इन्हों लगता है कि भी अफगानिस्तान तालिबान के नाल सिर्फ़ एक स्टेट है नाल लगती ताजक क्योंकि मसूद जोड़ा ताजिक ओरिजन का सी और अफगानिस्तान की जे मैं गलत ना हो पंद्रह फीसदी आबादी ताज़क है और इंडिया का उत्थे थोड़ा जोड़ा वह हथ भी पैंता है एक होस्पिटल इन्होंने बनाया होया है और वैसे रशिया का बेस भी है ਔਰ ਰਸ਼ੀਆ ਔਰ ਚਾਈਨਾ ਦੀ ਸਾਂਝ ਹੈ ਬੜੀ ਕਲੋਜ਼ਲੀ ਉਹ ਚਾਈਨਾ ਦਾ ਆਪਣੇ ਆਪ ਨੂੰ ਛੋਟਾ ਭਰਾ ਕਹਿੰਦਾ ਹੁਣ ਇਸ ਸਾਰੇ ਚ ਇੰਡੀਆ ਨੂੰ ਲੱਗਾ ਕਿ ਵੀ ਸਾਡੇ ਕੋਲ ਜੇ ਅਸੀਂ ਇਹ ਜਿਹੜੇ ਪੰਜ ਰਿਪਬਲਿਕ ਨੇ ਅਫਗਾਨਿਸਤਾਨ ਤੋਂ ਗਿਆ ਹੱਥੋਂ ਉੱਥੇ ਤਾਂ ਇਹਨਾਂ ਦਾ ਕੁਝ ਵਟਿਆ ਨਹੀਂ ਜਾਂਦਾ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਸੈਂਟਰੇਸ਼ਨ ਰਿਪਬਲਿਕ ਜੇ ਅਸੀਂ ਇਹਨਾਂ ਨੂੰ ਆਪਣੇ ਜਾਜੇ ਚਾੜ ਲਈਏ ਥੋੜਾ ਬਹੁਤ ਕਿਉਂਕਿ ਫਾਈਨੈਂਸ਼ੀਅਲ ਇਨਵੈਸਟਮੈਂਟ ਹੋ ਜਾਏ ਜਾਂ ਦੂਜੇ ਇਹਨਾਂ ਨੂੰ ਅਸੀਂ ਅਫਗਾਨਿਸਤਾਨ ਦੇ ਅਗੇਂਸਟ ਵੀ ਵਰਤ ਸਕਦੇ ਹਾਂ ਪਾਕਿਸਤਾਨ ਦੇ ਅਗੇਂਸਟ ਵੀ អਵਿਅਸਲੀ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਵੀ ਉਹ ਇਹੀ ਕਾਰਨ ਸੀ ਕਿ ਇਸ ਰਿਪਬਲਿਕ ਡੇ ਦੇ ਮੌਕੇ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਮਹੀਨਾ ਪਹਿਲਾਂ ਉਹਨਾਂ ਨੇ ਪਲਾਨ ਕੀਤਾ ਕਿ ਜੀ ਅਸੀਂ ਜਿਹੜਾ ਸਾਡੇ ਰਿਪਬਲਿਕ ਡੇ ਦੇ ਮੌਕੇ ਤੇ ਯੂਜੂਲੀ ਇੱਕ ਚੀਫ ਗੈਸਟ ਹੁੰਦਾ ਉਹਨਾਂ ਨੇ ਕਿਹਾ ਜੀ ਪੰਜ ਇਹ ਜਿਹੜੇ ਸੈਂਟਰਲ ਰੈਪਬਲਿਕ ਨੇ ਇਹਨਾਂ ਦੇ ਪ੍ਰੈਜ਼ੀਡੈਂਟ ਸਾਡੇ ਚੀਫ ਗੈਸਟ ਹੋਣਗੇ ਪਰ ਐਨ ਮੌਕੇ ਤੇ ਹਫਤਾ ਪਹਿਲਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਨਹੀਂ ਆਉਂਦੇ ਅੱਛਾ ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਉਹ ਬੇਇੱਜ਼ਤੀ ਖਰਾਬ ਹੋ ਗਈ ਔਰ ਇਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ 26 ਨੂੰ ਜਿਹੜਾ ਉਹ ਨਹੀਂ ਵੀ ਆ ਸਕਦੇ ਤੇ ਅਸੀਂ 27 ਤਰੀਕ ਨੂੰ ਜਿਹੜੀ ਹੈ ਉਹ ਇੱਕ ਵਰਚੁਅਲ ਸੱਮਿਟ ਨਾ ਪੰਜਾਬ ਦੇ ਮੁਲਕਾਂ ਦੀ ਹੋਏਗੀ ਔਰ ਇੰਡੀਆ ਦੇਖੇਗਾ ਵੀ ਉਹਦੇ ਚ ਅਸੀਂ ਕੀ ਇਨਵੈਸਟਮੈਂਟ ਕਰ ਸਕਦੇ ਹਾਂ ਕੀ ਕਰਨਾ ਹੈ ਜਨ لیکن او تا 27 تا ਜੇ ਆਉਂਦਿਆਂ ਹੋਣੀ ਸੀ ਜਿਹੜੀ ਹੁਣ ਹੋਣੀ ਹੈ ਲੇਕਿਨ ਚੀਨ ਨੇ ਜਿੱਥੇ ਉਹਨਾਂ ਨੇ ਐਨ 24 ਘੰਟੇ ਦੇ ਨੋਟਿਸ ਦੇ ਉੱਤੇ ਇਹਨਾਂ ਪੰਜਾਈ ਰਿਪਬਲਿਕਸ ਦੇ ਨਾਲ ਪ੍ਰੈਜ਼ੀਡੈਂਟ ਸ਼ੀ ਜ਼ੈਂ ਪਿੰਗ ਨੇ ਜਿਹੜੀ ਹੈ ਮੀਟਿੰਗ ਕੀਤੀ ਔਰ ਉਹਦੀ ਖਬਰ ਜਦੋਂ ਅੱਜ ਅਸੀਂ ਅੱਜ ਦੇਖਦੇ ਆਂ ਕਿ ਉਸ ਜਿਹੜੀ ਸਮਿਟ ਹੋਈ ਉਸ ਦਾ ਨਤੀਜਾ ਕਿ ਪ੍ਰੈਜ਼ੀਡੈਂਟ ਸ਼ੀ ਆਫਰ ਸੈਂਟਰਲ ایشੀਅਨ ਕੰਟਰੀਜ਼ 500 ਮਿਲੀਅਨ ਡਾਲਰ ਉਹਨਾਂ ਨੇ ਕਿਹਾ ਜੀ ਅਛੋਟੇ-ਛੋਟੇ ਨੇ ਉਹ ਕਿ 500 ਮਿਲੀਅਨ ਡਾਲਰ ਦਾ ਅਸੀਂ ਤੁਹਾਨੂੰ ਜਿਹੜੀ ਆ ਉਹ ਗ੍ਰਾਂਟ ਦਿੰਨੇ ਕੋਈ ਲੋਨ ਨਹੀਂ ਹੈ ਅਚ ਐਨਾਉਂਸਸ 70 ਬਿਲੀਅਨ ਡਾਲਰ ਟ੍ਰੇਡ ਟਾਰਗੇਟ ਹੁਣ ਜਿਹੜਾ ਟ੍ਰੇਡ ਹੈ ਇਹਨਾਂ ਦਾ ਆਲਰੇਡੀ ਚਾਈਨਾ ਦਾ ਇਹਨਾਂ ਪੰਜ ਮੁਲਕਾਂ ਦੇ ਨਾਲ 40 ਬਿਲੀਅਨ ਡਾਲਰ ਦਾ 2018 ਦਾ ਵਿੱਚ ਟ੍ਰੇਡ ਹੋਇਆ ਪ੍ਰੀ ਕੋਵਿਡ ਅਚ ਔਰ ਉਹਨਾਂ ਨੇ ਕਿਹਾ ਜੀ ਅਸੀਂ ਇਸ 2022 ਦੇ ਵਿੱਚ ਇਸ 40 ਬਿਲੀਅਨ ਨੂੰ 70 ਬਿਲੀਅਨ ਤੇ ਲੈ ਜਾਾਂਗੇ 500 ਮਿਲੀਅਨ ਜਿਹੜੀ ਆ ਉਹ ਫਾਈਨੈਂਸ਼ੀਅਲ ਹੈਲਪ ਔਰ ਇਸੇ ਤਰ੍ਹਾਂ 50 ਮਿਲੀਅਨ ਡੋਜ਼ਿਸ ਆਫ ਵੈਕਸੀਨ ਔਰ ਇਹ ਸਾਰਿਆਂ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਜੁਆਇੰਟ ਸਟੇਟਮੈਂਟ ਵੀ ਸਾਰਿਆਂ ਦੀ ਆਈ ਕਿ ਭਾਈ 30 ਸਾਲ ਇਹਨਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਨੂੰ ਹੋ ਗਏ ਨੇ ਕਿਉਂਕਿ 30 ਸਾਲ ਪਹਿਲਾਂ ਇਹ ਮੁਲਕ ਬਣੇ ਔਰ ਚਾਈਨਾ ਨਾਲ ਸਭ ਤੋਂ ਪਹਿਲਾਂ ਇਹਨਾਂ ਦੇ ਉਹ ਸਟੈਬਲਿਸ਼ ਹੋਏ ਔਰ ਇੰਡੀਆ ਦਾ ਤਾਂ ਕੋਈ ਡਾਇਰੈਕਟ ਬਾਰਡਰ ਨਹੀਂ ਲੱਗਦਾ ਚਾਈਨਾ ਦਾ ਬਾਰਡਰ ਕਿਉਂਕਿ ਇਹ ਅਫਗਾਨਿਸਤਾਨ ਨਾਲ ਲੱਗਦਾ ਹੈ ਅਫਗਾਨਿਸਤਾਨ ਰਾਈ ਤਾਜਿਕਸਤਾਨ ਔਰ ਉਹਦੀ ਕੰਟੀਨਿਊਟੀ ਵੀ ਹੈ ਔਰ ਇਹ ਜਿਹੜਾ ਇਹ ਜਿਹੜਾ ਉਹਨਾਂ ਦੀ 40 ਬਿਲੀਅਨ ਡਾਲਰ ਦੀ ਵੀ 2018 ਦੀ ਟ੍ਰੇਡ ਹੈ ਇਟ ਇਜ਼ 20 ਟਾਈਮਸ ਮੋਰ ਦੈਨ ਇੰਡੀਆ ਸਟੇਟ ਵਿਦ ਦਾ ਰੀਜਨ ਦੈਟ ਹੀਅਰ ਕਿ ਭਾਰਤ ਨਾਲੋਂ 20 ਗੁਣਾ ਜ਼ਿਆਦਾ ਔਰ ਜਿਹੜੀ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਚਾਈਨਾ ਨੇ ਕਿ ਸੈਵਰਲ ਬਿਗ ਪ੍ਰੋਜੈਕਟਸ ਆਫ ਸਟ੍ਰੈਟੇਜਿਕ ਇੰਪੋਰਟੈਂਸ ਉਹ ਅਨਲੀਸ਼ ਨੇ ਚਾਈਨਾ ਸੈਂਟਰਲ ਏਸ਼ੀਆ ਨੈਚੁਰਲ ਗੈਸ ਪਾਈਪਲਾਈਨ ਚਾਈਨਾ ਕਜ਼ਾਕਿਸਤਾਨ ਕਰੂਡ ਆਇਲ ਪਾਈਪਲਾਈਨ ਚਾਈਨਾ ਕਿਰਗਿਸਤਾਨ ਉਜ਼ਬੇਕਿਸਤਾਨ ਹਾਈਵੇ ਚਾਈਨਾ ਤਾਜ਼ਿਕਤਾਨ ਐਕਸਪ੍ਰੈਸ ਹਵੇ ਔਰ ਇਸੇ ਤਰ੍ਹਾਂ ਚਾਈਨਾ ਯੂਰਪ ਰੇਲਵੇ ਐਕਸਪ੍ਰੈਸ ਜਿਹੜੀ ਇਹ ਸੈਂਟਰਲ ਏਸ਼ੀਆ ਚੋਂ ਨਿਕਲਦਾ ਬੜੀ ਤੇਜ਼ੀ ਦੇ ਨਾਲ ਉਹ ਬਣ ਰਹੀ ਹੈ ਔਰ ਇਸ ਸਾਰੇ ਦੇ ਨਾਲ-ਨਾਲ ਉਹਨਾਂ ਨੇ ਕਿਹਾ ਦੇ ਪ੍ਰੋਵਾਈਡ ਅ ਗ੍ਰੈਂਟ ਅਸਿਸਟੈਂਸ ਆਫ 500 ਮਿਲੀਅਨ ਡਾਲਰ ਟੂ ਸੈਂਟਰੇਸ਼ਨ ਕੰਟਰੀਜ਼ ਇਨ ਸਪੋਰਟ ਆਫ ਲਾਈਵ ਲੀਹੂਡ ਪ੍ਰੋਗਰਾਮਸ ਸੋ ਇਹ ਇਹਨਾਂ ਦੀ ਬੜੀ ਕਾਮਯਾਬੀ ਹੈ ਮੈਂ ਸਮਝਦਾ ਹਾਂ ਔਰ ਉਹਨਾਂ ਨੇ ਇੰਡੀਆ ਨੂੰ ਪ੍ਰੀਐਮਪਟ ਕੀਤਾ ਔਰ ਇੰਡੀਆ ਜਿਹਨੇ ਹੁਣ ਕੱਲ ਮੀਟਿੰਗ ਕਰਨੀ ਹੈ ਉਹਨਾਂ ਨੇ ਵੀ ਆਪਣੀ ਖਬਰ ਲਵਾਈ ਪਰ ਆਲਰੇਡੀ ਘਰ ਚ ਤਾਂ ਸਨ ਲੱਗ ਗਈ ਪੱਲੇ ਤਾਂ ਕੁਝ ਨਹੀਂ ਹੈ ਫੋਕਸ ਔਨ ਟ੍ਰੇਡ ਐਂਡ ਕਨੈਕਟੀਵਿਟੀ ਐਸ ਪੀਐਮ ਮੋਦੀ ਸੈਟ ਟੂ ਹੋਸਟ 5 ਇੰਡੀਆ ਸੈਂਟਰਲ ਏਸ਼ੀਆ ਸਮਿਟ ਕਿ ਉਹਨਾਂ ਨੇ ਕਰਨੇ ਪ੍ਰੈਜ਼ੀਡੈਂਟਸ ਇਹਨਾਂ ਦੇ ਕਜ਼ਾਕਿਸਤਾਨ ਕਿਰਗਿਸਤਾਨ ਤਾਜਿਕਿਸਤਾਨ ਤੁਰਕਮਾਨਿਸਤਾਨ ਔਰ ਉਜ਼ਬੇਕਿਸਤਾਨ ਦੇ ਇਹ ਮੀਟਿੰਗ ਜਿਹੜੀ ਹੈ ਕੱਲ 4:30 ਵਜੇ ਸ਼ੁਰੂ ਹੋਏਗੀ ਔਰ ਉਹਦੇ ਜੋ ਉਹਨੇ ਕਿਹਾ ਕਿ ਵੀ ਹੁਣ ਤੱਕ ਸਿਰਫ 2 ਬਿਲੀਅਨ ਡਾਲਰ ਦੀ ਟ੍ਰੇਡ ਹੈ ਇੰਡੀਆ ਔਰ ਇਹਨਾਂ ਪੰਜ ਰਿਪਬਲਿਕਸ ਦੇ ਵਿੱਚ ਔਰ ਇਹ ਵੀ ਜਿਹੜੀ ਹੈ ਕਜ਼ਾਕਿਸਤਾਨ ਕੋਲ ਬਹੁਤ ਜ਼ਿਆਦਾ એનર્ਜੀ ਹੈ ਉੱਥੋਂ ਹੀ ਉਹ ਜਿਹੜੀ ਐਨਰਜੀ ਐਕਸਪੋਰਟ ਹੀ ਹੈ ਔਰ ਆਲਰੇਡੀ ਇੰਡੀਆ ਨੇ ਇੱਕ ਵਾਰੀ 1 ਬਿਲੀਅਨ ਡਾਲਰ ਦੀ ਕ੍ਰੈਡਿਟ ਐਲਓਸੀ ਡਿਵੈਲਪਮੈਂਟ ਪ੍ਰੋਜੈਕਟਸ ਲਈ ਦਿੱਤੀ ਸੀ ਲੇਕਿਨ ਇਸ ਤੋਂ ਬਿਯੋਂਡ ਇਹਨਾਂ ਦੀ ਕੋਈ ਰੀਚ ਨਹੀਂ ਹੈ ਕੋਵਿਡ-19 ਦੀ ਗੱਲ ਕਰ ਰਹੇ ਨੇ ਜੇ ਅਸੀਂ ਵੈਕਸੀਨ ਦੇ ਦੇਾਂਗੇ ਔਰ ਦੂਜਾ ਲੇਕਿਨ ਅਲਟੀਮੇਟ ਫੋਕਸ ਇਹਨਾਂ ਦਾ ਜਿਵੇਂ ਇਹਨਾਂ ਪੰਜ ਰਿਪਬਲਿਕਸ ਨੂੰ ਕਾਬੂ ਕਰਨ ਦਾ ਸੀ ਉਹ ਫੇਲ ਹੋਏ ਕਿਉਂਕਿ ਇਹਨਾਂ ਦਾ ਆਪਣਾ ਵੀ ਮੰਨਣਾ ਹੈ ਕਿ ਅਫਗਾਨਿਸਤਾਨ ਨੂੰ ਘੇਰਨਾ ਕਿਉਂਕਿ ਤਾਜਿਕਿਸਤਾਨ ਦਾ ਬਾਰਡਰ ਲੱਗਦਾ ਹੈ ਉਜ਼ਬੇਕਿਸਤਾਨ ਦਾ ਵੀ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਉੱਤੇ ਹੁਣ ਇਹ ਤਾਂ ਇਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਤਾਲੀਬਾਨ ਦੀ ਰੈਕਗਨੀਸ਼ਨ ਨਾ ਹੋਏ ਕਿਸੇ ਪਾਸਿਓਂ ਵੀ ਲੇਕਿਨ ਇਹਨਾਂ ਦੇ ਲਈ ਇੱਕ ਸਰਪ੍ਰਾਈਜ਼ ਐਲੀਮੈਂਟ ਵੀ ਸੀ ਕਿ ਇਸ ਵੇਲੇ ਤਾਲੀਬਾਨ ਸਰਕਾਰ ਦਾ ਇੱਕ ਵੱਡਾ ਡੈਲੀਗੇਸ਼ਨ ਆਸਲੋ ਨਾਰਵੇ ਦੇ ਵਿੱਚ ਜਿਹੜਾ ਉਹ ਗੱਲਬਾਤ ਕਰ ਰਿਹਾ ਹੈ ਫੋਰਨ ਹਕੂਮਤਾਂ ਨਾਲ ਔਰ ਆਲਮੋਸਟ ਗੱਲਬਾਤ ਮੁਕੰਮਲ ਹੋਈ ਜ ਜਿਹਨੂੰ ਉਹਨਾਂ ਨੇ ਬੜਾ ਆਪਟਿਮਿਸਟਿਕਲੀ ਕਿਹਾ ਕਿ ਕਾਮਯਾਬ ਰਹੀ ਔਰ ਇਸ ਗੱਲ ਗੱਲਬਾਤ ਦੇ ਵਿੱਚ ਅਨਸ ਹਕਾਨੀ ਜਿਹੜਾ ਤਾਲੀਬਾਨ ਮਨਿਸਟਰ ਹੈ ਉਹ ਵੀ ਸ਼ਾਮਲ ਹੈ ਹੁਣ ਅਨਸ ਹਕਾਨੀ ਉਹ ਹੈ ਜਿਸ ਹਕਾਨੀ ਨੈਟਵਰਕ ਨੂੰ ਅਮਰੀਕਾ ਵੀ ਜਿਹੜਾ ਉਹ دہشت گرد ਕਹਿੰਦਾ ਔਰ ਯੂਨ ਨੇ ਵੀ ਉਸ ਨੂੰ ਜਿਹੜਾ ਉਹ ਕੀਤਾ ਹਰ ਇੰਡੀਆ ਤੇ ਕਹਿੰਦਾ ਜੀ ਦੇਖੋ ਹਕਾਨੀ ਨੈਟਵਰਕ ਨੇ ਸਾਡੇ ਕਾਬਲ ਜਿਹੜਾ ਐਮਬੈਸੀ ਤੇ ਅਟੈਕ ਹੋਇਆ ਸੀ ਉਹਦੇ ਚ ਉਹਨਾਂ ਨੇ ਕੀਤਾ ਸੀ ਪਰ ਉਹ ਇਸ ਵੇੜੇ ਉੱਥੇ ਹੌਸਲੋ ਨਾਰਵੇਜ ਬਹਿ ਕੇ ਜਿਹੜਾ ਔਰ ਬਹੁਤ ਜਲਦੀ ਤਾਲਿਬਾਨ ਦੀ ਜਿਹੜੀ ਹੈ ਇਹ ਸਾਰੇ ਚ ਰੈਕਗਨੀਸ਼ਨ ਵੀ ਨਿਕਲ ਸਕਦੀ ਹੈ ਔਰ ਇਸ ਸਾਰੇ ਦੇ ਵਿੱਚ ਵੀ ਆਲਰੇਡੀ ਇਹਨਾਂ ਪੰਜ ਰਿਪਬਲਿਕਸ ਚੋਂ ਚਾਰ ਜਿਹੜੇ ਨੇ ਸਿਰਫ ਅਜੇ ਤਾਜ਼ਿਕਸਤਾਨ ਨੇ ਆਪਣੀ ਐਮਬੈਸੀ ਨਹੀਂ ਖੋਲੀ ਚਾਰਾਂ ਨੇ ਤਾਂ ਜਿਹੜੀ ਆ ਉਹ ਕਾਬਲ ਦੇ ਵਿੱਚ ਆਪਣੀਆਂ ਐਮਬੈਸੀਆਂਸ ਖੋਲੀਆਂ ਹੋਈਆਂ ਔਰ ਇਹ ਪੰਜੋ ਦੇ ਪੰਜੋ ਮੁਲਕ ਜਿਹੜੇ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ ਸੋ ਹੁਣ ਇਹ ਸਾਰੇ ਦੇ ਦੇਖਦੇ ਆਂ ਇੰਡੀਆ ਦੀ ਜਿਹੜੀ ਵਰਚੁਅਲ ਮੀਟਿੰਗ ਹੈ ਇਹ ਨੂੰ ਕਹਿੰਦੇ ਨੇ ਐਕਸਰਸਾਈਜ਼ ਇਨ ਫਿਊਟਿਲਿਟੀ ਆਲਰੇਡੀ ਚਾਈਨਾ ਨੇ ਮੱਖਣ ਮੱਖਣ ਡਹਿ ਲਿਆ ਔਰ ਬਾਕੀ ਜਿਹੜੀ ਹੈ ਹੁਣ ਇਹਨਾਂ ਦੇ ਕੋਲ ਛਾਚ ਹੈ ਬਚੀ ਹੋਈ ਉਹ ਪੀਲਾ ਹੈ ਮੋਦੀ ਵੀ ਵੈਸੇ ਵੀ ਗਊ ਮੂਤਰ ਵੀ ਪੀਂਦਾ ਹੀ ਨੇ ਤਾਂ ਛਾਚ ਪੀਣ ਦੇ ਨਾਲ ਉਹਨੂੰ ਕੀ ਨੁਕਸਾਨ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਨੇ ਬ੍ਰੇਕ ਵਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ